ਨਾ ਦੇ ਵਿੱਚ ਇਸ ਸਾਲ ਨਰਮੇ ਦੀ ਕਾਸ਼ਤ ਜਿਹੜੀ ਬਹੁਤ ਘੱਟ ਏਰੀਏ ਵਿੱਚ ਕੀਤੀ ਗਈ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਦੇ ਵਿੱਚ। ਪਿਛਲੇ ਸਾਲਾਂ ਦੇ ਵਿੱਚ ਆਪਣੇ 50,000 ਹੈਕਟੇਅਰ ਦੇ ਕਰੀਬ ਨਰਮੇ ਦੀ ਕਾਸ਼ਤ ਕੀਤੀ ਜਾਂਦੀ ਸੀ, ਐਤਕੀ 14,500 ਦੇ ਕਰੀਬ ਨਰਮੇ ਦੀ ਕਾਸ਼ਤ ਕੀਤੀ ਗਈ ਹੈ। ਅਤੇ ਇਸ ਦੇ ਵਿੱਚ ਜਿਹੜੀ ਐਤਕੀ ਇਸ ਸਾਲ ਜਿਹੜੀ ਸੀਜ਼ਨ ਦੇ ਵਿੱਚ ਬਾਰਿਸ਼ ਨਾ ਹੋਣ ਕਾਰਨ ਕੁਛ ਨਰਮੇ ਦੇ ਵਿੱਚ ਚਿੱਟੀ ਮੱਖੀ ਦਾ ਹਮਲਾ ਥੋੜ੍ਹਾ ਜ਼ਿਆਦਾ ਹੋ ਗਿਆ। ਹੁਣ ਕਿਸਾਨਾਂ ਨੂੰ ਇਸ ਲਈ ਸੂਚਿਤ ਕੀਤਾ ਜਾ ਰਿਹਾ, ਸਪਰੇਆਂ ਕਰਵਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਹਿਲਾਂ ਨਿੰਮ ਵਾਲੀ ਸਪਰੇਆਂ ਦੀ ਵੀ ਸਿਫਾਰਿਸ਼ ਕੀਤੀ ਸੀ, ਹੁਣ ਕੈਮੀਕਲ ਸਪਰੇਆਂ ਦੀ ਸਿਫਾਰਿਸ਼ ਕੀਤੀ ਜਾਂਦੀ ਜਿੱਥੇ ਜ਼ਿਆਦਾ ਹਮਲਾ ਹੋਇਆ। ਅਤੇ ਇਹੀ ਕਿਸਾਨਾਂ ਨੂੰ ਮੀਡੀਆ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ। ਥੋੜ੍ਹਾ ਕਿਸਾਨ ਨਰਮੇ ਝੋਨੇ 'ਚ ਜ਼ਿਆਦਾ ਬਿਜੀ ਹੋਣ ਕਰਕੇ ਇੱਧਰ ਵੀ ਥੋੜ੍ਹਾ ਧਿਆਨ ਦੇਣ। ਨਰਮੇ ਦੀ ਜਿਹੜੀ ਬਹੁਤ ਵਧੀਆ ਇਹ ਫਸਲ ਸੀ ਆਪਣੇ ਇਲਾਕੇ ਦੀ, ਇਹਨੂੰ ਆਪਾਂ ਕਾਇਮ ਰੱਖੀਏ। ਥੋੜ੍ਹਾ ਇੱਧਰ ਜ਼ਿਆਦਾ ਧਿਆਨ ਦੀ ਲੋੜ ਆ ਹੁਣ ਜੁਲਾਈ ਮਹੀਨੇ ਦੇ ਵਿੱਚ, ਕਿਉਂਕਿ ਰਸ ਚੂਸਣ ਵਾਲੇ ਵਿੱਚ ਚਿੱਟੀ ਮੱਖੀ ਦੇ ਹਰੇ ਤੇਲੇ ਦਾ ਹਮਲਾ ਹੋ ਜਾਂਦਾ। ਚਿੱਟੀ ਮੱਖੀ ਦਾ ਜਿਹੜਾ ਹਮਲਾ ਸਾਰੇ ਖੇਤਾਂ ਦੇ ਵਿੱਚ ਹੀ ਹੈਗਾ ਹੁਣ। ਇਹਦੇ ਵਿੱਚ ਕੁਛ ਖੇਤਾਂ ਦੇ ਵਿੱਚ ਜਿੱਥੇ ਨਿੰਮ ਵਾਲੀ ਸਪਰੇਆਂ ਵਗੈਰਾ ਕੀਤੀਆਂ ਉੱਥੇ ਘੱਟ ਆ, ਅਤੇ ਕੁਛ ਜਿੱਥੇ ਖੇਤਾਂ ਦੇ ਵਿੱਚ ਜਿੱਥੇ ਨਾਲ ਮੂੰਗੀ ਦੀ ਕਾਸ਼ਤ ਕੀਤੀ ਗਈ ਸੀ, ਮੂੰਗੀ ਤੋਂ ਵੱਢਣ ਤੋਂ ਉਪਰੰਤ ਜਿਹੜਾ ਚਿੱਟਾ ਮੱਛਰ ਇੱਧਰ ਆ ਗਿਆ, ਉੱਥੇ ਥੋੜ੍ਹਾ ਜਿਹਾ ਹਮਲਾ ਜ਼ਿਆਦਾ ਪਾਇਆ ਗਿਆ। ਉਹਨਾਂ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਕਹਿੰਦੇ ਵੀ ਸਪਰੇਅ ਇਹਦੇ 'ਤੇ ਜ਼ਰੂਰ ਕਰਨ। ਹਾਂ, ਇਹਦੇ ਵਿੱਚ ਸਟੇਟ ਲੈਵਲ 'ਤੇ ਵੀ ਟੀਮਾਂ ਬਣੀਆਂ ਹੋਈਆਂ, ਮਾਣਯੋਗ ਜੁਆਇੰਟ ਡਾਇਰੈਕਟਰ ਸਾਹਿਬ, ਡਾਇਰੈਕਟਰ ਸਾਹਿਬ ਨੇ ਡਿਊਟੀਆਂ ਲਾਈਆਂ, ਮੰਤਰੀ ਸਾਹਿਬ ਵੱਲੋਂ ਡਿਊਟੀਆਂ ਲਗਾਈਆਂ ਗਈਆਂ। ਕੋਟਲ ਜ਼ਿਲ੍ਹੇ ਦੇ ਵਿੱਚ ਦੋ ਦੋ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਜੁਆਇੰਟ ਡਾਇਰੈਕਟਰ ਸਾਹਿਬ ਆ ਰਹੇ ਆ। ਆਪਣੇ ਵੀ ਇੱਥੇ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ, ਕੱਲ੍ਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਜੁਆਇੰਟ ਡਾਇਰੈਕਟਰ ਸਾਹਿਬ ਆਏ ਹੋਏ ਆ। ਇੱਧਰ ਵੀ ਮੀਟਿੰਗ ਵੀ ਇੱਥੇ ਕੱਲ੍ਹ ਵੀ ਰੱਖੀ ਹੋਈ ਹੈ, ਬਠਿੰਡੇ ਦੇ ਵਿੱਚ ਵੀ ਆਉਣ ਕੱਲ੍ਹ ਨੂੰ ਆਉਣਗੇ। ਅਨੀ ਜੇ ਥੋੜ੍ਹਾ ਜਿਹਾ ਆਪਾਂ ਇਹਦੇ 'ਚ ਹੱਥ ਮਾਰੀਏ, ਇਹਦੇ ਵਿੱਚ ਜੇ ਜਿਵੇਂ ਆਪਣਾ ਡਰਾਈ ਸਪੈਲ ਚੱਲ ਰਿਹਾ ਜੀ, ਥੋੜ੍ਹੀ ਬਾਰਿਸ਼ ਹੋ ਜਾਂਦੀ, ਸਾਥ ਕੁਦਰਤ ਦਾ ਵੀ ਸਾਥ ਨੂੰ ਕੁਛ ਇਸ ਜਿਹੜੀ ਫਸਲ ਇਸ ਸਾਲ ਲੱਗੀ ਹੋਈ ਹੈ ਥੋੜ੍ਹੀ ਜਿਹੀ ਇਹ ਉਹਨਾਂ ਰੇਤਲੇ ਇਲਾਕਿਆਂ ਵਿੱਚ ਹੀ ਲੱਗੀ ਹੋਈ ਹੈ ਜਿੱਥੇ ਕੋਈ ਵੀ ਚਾਰਾ ਨਹੀਂ ਸੀ ਕਿਸਾਨਾਂ ਦਾ, ਉੱਥੇ ਲੱਗੀ ਹੋਈ ਹੈ ਜ਼ਿਆਦਾਤਰ ਫਸਲ। ਤਾਂ ਫਿਰ ਵੀ ਉੱਥੇ ਥੋੜ੍ਹਾ ਪਾਣੀ ਦੇ ਸਾਧਨ ਘੱਟ ਆ, ਉੱਥੇ ਪਾਣੀ ਲਾਉਣ ਦੀ ਕੋਸ਼ਿਸ਼ ਕਰਨ ਵੱਧ ਤੋਂ ਵੱਧ, ਕਿਉਂਕਿ ਡਰਾਈ ਸਪੈਲ ਚੱਲ ਰਿਹਾ ਉਹਦੇ ਤਾਂ ਜਿਹੜੀ ਸਪਰੇਆਂ ਕਰਦੇ ਆ ਜਿਹੜੀਆਂ, ਇਹਦੇ ਨਾਲ ਵੀ ਹੋਰ ਵੀ ਖੁਸ਼ਕ ਉਹਦੀ ਸਿਹਤ 'ਤੇ ਅਸਰ, ਬੂਟੇ 'ਤੇ ਅਸਰ ਪੈਂਦਾ। ਥੋੜ੍ਹਾ ਪਾਣੀ ਲਗਾ ਕੇ ਜਿਹੜੀ ਸਪਰੇਆਂ ਵਗੈਰਾ ਕਰਨ ਅਤੇ ਖਾਦ ਵਗੈਰਾ ਪਾਉਣ, ਜਾਗਰੂਕ ਕਰ ਰਹੇ ਹਾਂ ਅਸੀਂ। ਉਮੀਦ ਕਰਦੇ ਹਾਂ ਵੀ ਐਤਕੀ ਠੀਕ ਫਸਲ ਹੋਵੇ।